ਗੁਰਮਖ ਪਿਆਰਿਓ ਤਨਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਬੇਨਤੀਆਂ ਜਿਹੜੀਆਂ ਨੇ ਖਾਸ ਤੌਰ ਤੇ ਕੁਝ ਸੰਝੀਆਂ ਕਰਾਂਗੇ ਸਤਿਗੁਰੂ ਕਿਰਪਾ ਕਰਨ ਗੁਰਮਖ ਪਿਆਰਿਓ ਜੇ ਰਾਮ ਰਹੀਮ ਦੇ ਸਤਸੰਗ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਤੇ ਉਹਦੇ ਵਾਸਤੇ ਅਸੀਂ ਕੋਈ ਪੁਖਤਾ ਇੰਤਜ਼ਾਮ ਕਿਉਂ ਨਹੀਂ ਕਰਦੇ ਤੇ ਕਈ ਲੋਕ ਬਿਆਨ ਦੇ ਰਹੇ ਨੇ ਬੰਦੀ ਸਿੰਘਾਂ ਦੇ ਪੜਕਾਉ ਬਿਆਨ ਵੀ ਦੇ ਰਹੇ ਨੇ ਬੰਦੀ ਸਿੰਘਾਂ ਦੇ ਖਿਲਾਫ ਬਿਆਨ ਦੇ ਰਹੇ ਨੇ ਤੇ ਕੌਮੀ ਇਨਸਾਫ ਮੋਰਚੇ ਨੂੰ ਬਦਨਾਮ ਕਰਨ ਦੀਆਂ ਚਾਲਾਂ ਜਿਹੜੀਆਂ ਨੇ ਚੱਲੀਆਂ ਹੋਈਆਂ ਨੇ ਮੈਂ ਬੇਨਤੀਆਂ ਸੰਗਤੀ ਰੂਪ ਦੇ ਵਿੱਚ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਸਾਂਝੀਆਂ ਕਰੂੰ ਸਾਰੇ ਜਾਣੇ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਿਸ ਤਰ੍ਹਾਂ ਸੌਦਾ ਸਾਦ ਨੂੰ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਚੌਥੀ ਵਾਰ ਇਹ ਸਭ ਤੋਂ ਵੱਡਾ ਵਿਸ਼ਾ ਤੇ ਸਭ ਤੋਂ ਵੱਡਾ ਧੋਖਾ ਆ ਪੰਜਾਬ ਦੀ ਜਨਤਾ ਦੇ ਨਾਲ ਪੰਜਾਬ ਦੇ ਇਨਸਾਫ ਪਸੰਦ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕਾਂ ਨੇ ਪਤਾ ਨਹੀਂ ਕਿੰਨੇ ਕੁ ਸੰਤਾਪ ਹੰਢਾਏ ਨੇ ਤੇ ਸਰਕਾਰਾਂ ਦੀਆਂ ਅਣਗਹਿਲੀਆਂ ਦੇ ਕਾਰਨ 47 ਦਾ 84 ਦਾ ਤੇ ਹੋਰ ਪਤਾ ਨਹੀਂ ਕਿਹੜੇ ਨਿੱਕੇ ਮੋٹے ਅਜਿਹੇ ਅਸੀਂ ਸੰਤਾਪ ਹੰਡਾਏ ਨੇ ਉਹ ਜ਼ਖਮ ਹਜੇ ਅੱਲੇ ਪਏ ਨੇ ਤੇ ਸਰਕਾਰਾਂ ਉਹਨਾਂ ਦੇ ਵਿੱਚ ਨੂਨ ਪਾਉਣ ਵਾਲਾ ਕੰਮ ਕਰ ਰਹੀਆਂ ਨੇ ਸੌਦਾ ਸਾਦ ਨੂੰ ਚੌਥੀ ਵਾਰ ਪੈਰੋਲ ਦੇ ਕੇ ਕਿੱਡਾ ਵੱਡਾ ਧੋਖਾ ਕੀਤਾ ਗਿਆ ਸਿੱਖਾਂ ਦੇ ਨਾਲ ਕਿੱਡੀ ਵੱਡੀ ਜਿਹੜੀ ਐ ਬਤ ਕਲਾਮੀ ਕੀਤੀ ਗਈ ਹੈ ਉਸ ਬੰਦੇ ਨੂੰ ਜੇਲ੍ਹ ਚੋਂ ਬਾਹਰ ਕੱਢ ਕੇ ਏਸੇ ਕਰਕੇ ਜਿਹੜੇ ਬੰਦੇ ਕਹਿੰਦੇ ਸਾਡਾ ਭਾਰਤ ਮਹਾਨ ਮੈਨੂੰ ਦੱਸੋ ਵੀ ਸਾਡਾ ਭਾਰਤ ਕਿੱਥੇ ਮਹਾਨ ਆ ਕਿਹੜੇ ਹਿਸਾਬ ਨਾਲ ਕਹਿੰਨੇ ਹੋ ਕਿ ਸਾਡਾ ਭਾਰਤ ਮਹਾਨ ਹੈ ਕਿਹੜੇ ਹਿਸਾਬ ਦੇ ਨਾਲ ਤੁਸੀਂ ਆਜ਼ਾਦੀਆਂ ਦੇ ਜਸ਼ਨ ਮਨਾਉਨੇ ਹੋ ਤੇ ਜਿਹੜੇ ਇੱਥੇ ਸਾਧਵੀਆਂ ਦਾ ਜੌਨ ਸ਼ੋਸ਼ਣ ਕਰਦੇ ਨੇ ਪਤਾ ਨਹੀਂ ਕਿੰਨਿਆਂ ਕੁ ਧੀਆਂ ਦੇ ਉਹਨਾਂ ਨੇ ਜਿਹੜੇ ਨੇ ਜੀਵਨ ਬਰਬਾਦ ਕਰ ਦਿੱਤੇ ਕਿੰਨੇ ਕੁ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿੰਨਿਆਂ ਕਿ ਜਿੰਦਾ ਉਹਨਾਂ ਨੇ ਜੜੀਆਂ ਨੇ ਬਰਬਾਦ ਕਰ ਦਿੱਤੀਆਂ ਨੇ ਕਿੰਨੇ ਕੁ ਲੋਕਾਂ ਦੇ ਘਰ ਉਹਨਾਂ ਨੇ ਉਜਾੜੇ ਨੇ ਇਹ ਯਾਦ ਰੱਖੋ ਕਿ ਉਹਨਾਂ ਲੋਕਾਂ ਨੂੰ ਵਾਰ-ਵਾਰ ਪੈਰੋਲਾ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਇਹ ਲੋਕ ਜਿਹੜੇ ਕਹਿੰਦੇ ਨੇ ਭਾਰਤ ਮਹਾਨ ਇੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਆਂ ਹੋ ਜਾਂਦੀਆਂ ਨੇ ਇੱਥੇ ਸਿੱਖਾਂ ਨੂੰ ਅਦਾ ਹੱਕ ਨਹੀਂ ਦਿੱਤਾ ਜਾਂਦਾ ਬੰਦੀ ਸਿੰਘ ਸਜ਼ਾ ਕੱਟਣ ਤੋਂ ਬਾਅਦ ਵੀ ਬੰਦੀ ਨੇ ਤੇ ਇੱਥੇ ਸਾਧ ਪਖੰਡੀ ਜਿਹੜੇ ਨੇ ਉਹ ਪਰੋਲਾਂ ਦੇ ਬਾਹਰ ਆ ਜਾਂਦੇ ਨੇ ਬਲਾਤਕਾਰੀ ਇੱਥੇ ਜ਼ਿਲਾਂ ਤੋਂ ਬਾਹਰ ਨੇ ਤੇ ਸਾਡੇ ਲੀਡਰ ਉਹਨਾਂ ਤੋਂ ਵੋਟਾਂ ਵਟੋਰਨ ਦੇ ਲਈ ਉਹਨਾਂ ਦੇ ਪੈਰਾਂ ਵਿੱਚ ਜਾ ਕੇ गिर ਜਾਂਦੇ ਨੇ ਉਹਨਾਂ ਦੇ ਗਿੱਟੇ ਜਾ ਕੇ ਚੱਟਦੇ ਨੇ ਤੇ ਇਥੋਂ ਭਾਰਤ ਦੀ ਕਿਹੜੀ ਹੈ ਮਹਾਨਤਾ ਇਹ ਦੀਂਦੀ ਹੈ ਤੁਹਾਨੂੰ ਕਿਵੇਂ ਭਾਰਤ ਮਹਾਨ ਹੋ ਗਿਆ ਗੀਤਾ ਕੁਰਾਨ ਬਾਈਬਲ ਇਹਨਾਂ ਦੀ ਬੇਅਦਵੀਂ ਸ਼ਰਿਆਮ ਹੁੰਦੀ ਹੈ ਇਹਨਾਂ ਨੂੰ ਪਾੜ ਕੇ ਇਹਨਾਂ ਦੇ ਅੰਗਾਂ ਨੂੰ ਖਲਾਰ ਦਿੱਤਾ ਜਾਂਦਾ ਹੈ ਤੇ ਇਹਨਾਂ ਨੂੰ ਪਾਣੀਆਂ ਦੇ ਵਿੱਚ ਨਹਿਰਾਂ ਦੇ ਵਿੱਚ ਵਗਾ ਦਿੱਤਾ ਜਾਂਦਾ ਹੈ ਕਿਹੜੇ ਹਸਾਬ ਨਾਲ ਕਹਿੰਨੇ ਹੋ ਸਾਡਾ ਭਾਰਤ ਮਹਾਨ ਕਿਸ ਆਧਾਰ ਤੇ ਕਹਿੰਨੇ ਹੋ ਭਾਰਤ ਮਹਾਨ ਸਾਡਾ ਤੇ ਜਿੱਥੇ ਧੀਆਂ ਪਹਿਣਾ ਸੇਫ ਨਹੀਂ ਇੱਥੇ ਨੌਜਵਾਨੀ ਨੂੰ ਗਲਤ ਰਸਤੇ ਤੋਰਿਆ ਜਾਂਦਾ ਹੈ ਨਸ਼ਾ ਘਰ ਘਰ ਹੈ ਇਥੇ ਚਾਈਨਾ ਡੋਰ ਫੜਨ ਤੇ ਤੇ ਪਾਬੰਦੀ ਹੈ ਜਿੱਥੇ ਬਣਦੀ ਹੈ ਉਥੇ ਕਿਉਂ ਨਹੀਂ ਛਾਪੇ ਮਾਰਦੇ ਇਥੇ ਇਹ ਕਿਸ ਆਧਾਰ ਤੇ ਕਹਿੰਦੇ ਆ ਸਾਡਾ ਭਾਰਤ ਮਹਾਨ ਹੈ ਜੀ ਪੰਜਾਬ ਪੰਜਾਬ ਦੇ ਵਿੱਚ ਪੰਜਾਬੀਆਂ ਨਾਲ ਧੱਕਾ ਹੋ ਜਾਂਦਾ ਹੈ ਤੇ ਅਸੀਂ ਕਹਿੰਦੇ ਆ ਸਾਡਾ ਪੰਜਾਬ ਪੰਜਾਬ ਦੇ ਵਿੱਚ ਲੋਕਾਂ ਨੂੰ ਬਣਦੇ ਹੱਕ ਦਿੱਤੇ ਜਾਣ ਇਥੇ ਪੱਗਾਂ ਲਹਿਆਂ ਜਾਂਦੀਆਂ ਨੇ ਸ਼ਰਿਆਮ ਤੇ ਅਸੀਂ ਫਰਾਂਸ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਪੱਗਾਂ ਆਜ਼ਾਦ ਕਰਾਉਣ ਦੀ ਗੱਲ ਕਰਦੇ ਆਂ ਕਿੱਦਿਆ ਵੱਡਾ ਸਾਡੇ ਨਾਲ ਧੋਖਾ ਕੀਤਾ ਗਿਆ ਤੇ ਭਾਵੇਂ ਅੱਜ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ RAM ਰਹੀਮ ਦੇ ਸਤ ਸੰਗ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਇਹ ਗੱਲ ਕਹਿ ਰਹੇ ਨੇ ਕਿ ਜੀ ਸਤ ਸੰਗ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਉਦੋਂ ਨਹੀਂ ਤੁਹਾਨੂੰ ਮਾਹੌਲ ਖਰਾਬ ਦਾ ਪਤਾ ਲੱਗਦਾ ਹੁੰਦਾ ਜਦੋਂ ਤੁਸੀਂ ਜਾ ਕੇ ਸਤ ਸੰਗਾਂ ਦੇ ਵਿੱਚ ਬੈਠੇ ਹੋ ਜਾ ਕੇ ਤੁਸੀਂ ਕੋਲ ਪ੍ਰਸ਼ਾਸਨ ਨੂੰ ਖੜਾ ਕੇ ਉਹਨਾਂ ਦੀ ਸਤ ਸੰਗ ਕਰਾਉਨੇ ਹੋ ਪ੍ਰਸ਼ਾਸਨ ਵਾਲੇ ਦੇ ਮਜਬੂਰ ਨੇ ਵਿਚਾਰੇ ਉਹਨਾਂ ਤਾਂ ਕਹਿਣਾ ਮੰਨਣਾ ਪਊਗਾ ਨਹੀਂ ਮੰਨਣਗੇ ਘਰ ਨੂੰ ਤੋੜ ਦੇਣਗੇ ਤੇ ਜੇ ਉਹ ਕਹਿਣਗੇ ਲੋਕਾਂ ਤੇ लाठी चार्ज ਕਰੋ ਲੋਕਾਂ ਤੇ ਡਾਂਗ ਫੇਰੋ ਚੰਗੀ ਤਰ੍ਹਾਂ ਤੇ ਉਹ ਉਹ ਵੀ ਕਰਨਾ ਪਊਗਾ ਅਗਲੇ ਨੂੰ ਵਿੱਚ ਅਜਿਹੇ ਵੀ ਬੰਦੇ ਨੇ ਜਿਹੜੇ ਆ ਕੇ ਰੋਣ ਲੱਗ ਜਾਂਦੇ ਨੇ ਬਾਈ ਜੇ ਅਸੀਂ ਕੀ ਕਰੀਏ ਬਾਬਾ ਜੀ ਸਾਡੀ ਮਜਬੂਰੀ ਹੈ ਮਾਰਨ ਨੂੰ ਜੀਤੇ ਨਹੀਂ ਕਰਦਾ ਜੇ ਅਸੀਂ ਨਹੀਂ ਮਾਰਦੇ ਫਿਰ ਸਾਡੀ ਨੌਕਰੀ ਤੇ ਆਣ ਬਣਦੀ ਹੈ ਜੇ ਅਸੀਂ ਨਹੀਂ ਕੁਝ ਕਰਦੇ ਸਾਡੀ ਨੌਕਰੀ ਨੂੰ ਖਤਰਾ ਹੋ ਜਾਂਦਾ ਜੇ ਅਸੀਂ ਨਹੀਂ ਕੁਝ ਕਰਦੇ ਸਾਨੂੰ ਧਮਕਾਇਆ ਜਾਂਦਾ ਸਾਨੂੰ ਡਰਾਇਆ ਜਾਂਦਾ ਅਸੀਂ ਕਿਹੜੇ ਬੰਨੇ ਜਾਈਏ ਉਹ ਵੀ ਸਾਡੇ ਭਰਾ ਨੇ ਸਾਡੇ ਵੀਰ ਨੇ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਕਿਵੇਂ ਕੁੱਟੀਏ ਕਿਵੇਂ ਮਾਰੀਏ ਜੀਹ ਜਤਾ ਨਹੀਂ ਕਰਦਾ ਪਰ ਨੌਕਰੀ ਕਿੰਨੀ ਵੇਖ ਕੇ ਮਜਬੂਰ ਹੋ ਜਾਂਦੇ ਆ ਸੌਦਾ ਸਾਧ ਵਰਗੇ ਲੋਕ ਬਾਹਰ ਆ ਜਾਂਦੇ ਨੇ ਉਹਨਾਂ ਨੂੰ ਪਰੋਲਾਂ ਦਿੱਤੀਆਂ ਜਾਂਦੀਆਂ ਨੇ ਪ੍ਰਸ਼ਾਸਨ ਨੂੰ ਤੱਕੇ ਨਾਲ ਅੜਾਇਆ ਜਾਂਦਾ ਕਿ ਉਹਨਾਂ ਦਾ ਸਾਥ ਦੇਵੋ ਹੁਣ ਦੱਸੋ ਕੀ ਕਰਨ ਕਿੱਧਰ ਜਾਣ ਉਹ ਵੀ ਲੋਕ ਪੰਜਾਬ ਸਰਕਾਰ ਟੀਵੀ ਚੈਨਲ ਬੰਦ ਕਰਕੇ ਕਾਰਫਿਊ ਲਾਵੇ ਹੁਣ ਦੇਖੋ ਟੀਵੀ ਚੈਨਲਾਂ ਤੇ ਸ਼ਰੇਆਮ ਜਿਹੜੀਆਂ ਖਬਰਾਂ ਚੱਲਦੀਆਂ ਨੇ ਟੀਵੀ ਚੈਨਲਾਂ ਤੇ ਸ਼ਰੇਆਮ ਜਿਹੜਾ ਸੌਦਾ ਸਾਧ ਦਾ ਸਮਰਥਨ ਕੀਤਾ ਜਾਂਦਾ ਤੇ ਸ਼ਰੇਆਮ ਗੱਲ ੜਾਈ ਗਈ ਪਰੋਲ ਦਿੱਤੀ ਗਈ ਪਰੋਲ ਦਿੱਤੀ ਗਈ ਪਰ ਬੰਦੀ ਸਿੰਘਾਂ ਵਾਲੇ ਮੋਰਚੇ ਦੀ ਗੱਲ ਜਿਹੜੀ ਹੈ ਬੜੇ ਘੱਟ ਚੈਨਲਾਂ ਨੇ ਦਿਖਾਈ ਹੈ ਜਿਹੜੇ ਇੰਟਰਨੈਸ਼ਨਲ মিডিਆ ਸਾਡਾ ਉਹ ਵੀ ਘੱਟ ਦਿਖਾ ਰਿਹਾ ਕਹਿੰਦੇ ਜੇ ਤਾਂ ਖਾਲਸਤਾਨੀ ਨੇ ਜੇ ਤਾਂ ਖਾਲਸਤਾਨੀ ਮਾਈਂਡਡ ਨੇ ਸਿਪ ਸੈਨਾ ਵਾਲੇ ਕਹਿੰਦੇ ਜੀ ਇਹ ਧਰਨਾ ਹੀ ਗਲਤ ਹੈ ਜੀ ਇਹ ਧਰਨਾ ਗਲਤ ਹੈ ਜੇ ਤੁਸੀਂ ਕਿੰਨੇ ਕੁ ਸਹੀਓ ਤੁਸੀਂ ਆਪਦੇ ਪ੍ਰੂਫ ਦਿਓ ਖਾਂ ਆਏ ਦਿਨ ਤੁਸੀਂ ਨਿਤ ਕੰਟਰੋਵਰਸੀਆਂ ਛੇੜ ਦਿੰਨੇ ਹੋ ਤੁਹਾਨੂੰ ਹੀ ਖਤਰਾ ਲੱਗਦਾ ਬੁਲਟ ਪ੍ਰੂਫ ਗੱਡੀਆਂ ਤੁਸੀਂ ਸਰਕਾਰ ਤੋਂ ਮੰਗ ਕਰਦੇ ਹੋ ਇਹ ਤਾਂ ਤੁਹਾਡੀ ਜਾਨ ਨੂੰ ਖਤਰਾ ਹੈ ਤੁਸੀਂ ਆਪਦੀਆਂ ਬਣਵਾ ਲਓ ਆਪ ਲੈ ਲਓ ਬੁਲਟ ਪ੍ਰੂਫਾਂ ਜੈਕਟ ਆ ਤੁਸੀਂ ਸਰਕਾਰ ਤੋਂ ਮੰਗਦੇ ਹੋ ਤੇ ਚੰਗੀ ਟੀਆਰਪੀ ਲੈਣ ਦੇ ਲਈ ਅੱਜ ਦਿਨ ਨਵਾਂ ਵਖੇੜਾ ਖੜਾ ਕਰ ਦਿੰਨੇ ਹੋ ਤੇ ਏਜੰਸੀਆਂ ਦੇ ਖਰੀਦੇ ਹੋਏ ਏਜੰਸੀਆਂ ਦੇ ਪਲਾਂਟਡ ਦੇ ਬੰਦੇ ਤੁਸੀਂ ਉਹ ਜਦੋਂ ਪੰਗਾ ਪੈ ਜਾਂਦਾ ਤੁਸੀਂ ਭੱਜ ਜਾਂਦੇ ਹੋ ਖੜਦੇ ਕਿਉਂ ਨਹੀਂ ਫਿਰ ਉੱਤੇ ਆਹ ਖੜਾ ਹੈ ਜੀ ਆਹ ਖੜਾ ਉਹ ਖੜਾ ਕਰਦਾ ਨਾ ਲੁਧਿਆਣੇ ਵਾਲਾ ਕਿਸ ਤਰ੍ਹਾਂ ਉਹ ਗੰਜਾ ਜਾਂ ਟਕਲਾ ਜਿਹਾ ਆਹ ਖੜਾ ਹੈ ਜੀ ਆਹ ਖੜਾ ਮੈਂ ਤਾਂ ਅਰੋੜਾ ਆਹ ਖੜਾ ਹੈ ਵੀ ਖੜਾ ਰਹੇ ਅਸੀਂ ਤੇਰੇ ਵਿੱਚ ਥੋੜਾ ਵੱਜਣਾ ਕੋਈ ਆ ਕੇ ਜਦੋਂ ਵੱਜਾਂਗੇ ਤੈਨੂੰ ਦੱਸ ਕੇ ਵੱਜਾਂਗੇ ਅਤ ਤੇ ਅੰਤ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਜਦੋਂ ਬੰਦਾ ਅਤ ਚੱਕ ਲੇ ਤੇ ਅਦਕ ਦਾ ਟਿੱਪੀ ਕਦੋਂ ਬਣਦੇ ਇਹ ਨਹੀਂ ਕਿਸੇ ਨੂੰ ਪਤਾ ਲੱਗਦਾ ਬਸ ਇਹੋ ਹੀ ਚੀਜ਼ ਦਾ ਫਰਕ ਹੈ ਨਜ਼ਰੀਏ ਦਾ ਫਰਕ ਹੈ ਸਰਕਾਰਾਂ ਸੈਂਟਰ ਗਵਰਨਮੈਂਟ ਵਾਰ-ਵਾਰ ਸੌਦਾ ਸਾਧ ਨੂੰ ਪਰੋਲ ਦੇ ਕੇ ਛੱਡ ਰਹੀ ਹੈ ਪਰ ਬੰਦੀ ਸਿੰਘਾਂ ਨੂੰ ਇੱਕ ਵਾਰ ਵੀ ਪਰੋਲ ਨਹੀਂ ਦਿੱਤੀ ਗਈ 8 8 7 7 ਸਾਲ ਹੋ ਗਏ ਉਹਨਾਂ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋ ਜਾਂਨ ਉਹਨਾਂ ਨੂੰ ਅੱਜ ਤੱਕ ਨਹੀਂ ਛੱਡਿਆ ਜਾ ਰਿਹਾ 26 27 28 ਸਾਲ ਦਾ ਗੇੜ ਹੋ ਗਿਆ ਜੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਇਹ ਦੱਸੋ ਕਿੱਥੋਂ ਦਾ ਇਨਸਾਫ ਹੈ ਸਾਡੇ ਨਾਲ ਕਹਿੰਦੇ ਜੀ ਇਹ ਤਾਂ ਜੀ ਕਹਿੰਦੇ ਖਾਲਿਸਤਾਨ ਦੀ ਮੰਗ ਕਰਦੇ ਨੇ ਤੇ ਤੁਸੀਂ ਹਿੰਦੂ ਰਾਸ਼ਟਰ ਦੀ ਮੰਗ ਨਹੀਂ ਕਰਦੇ ਖਾਲਿਸਤਾਨ ਬਣ ਗਿਆ ਜੀ ਤਾਂ ਲੋਕਾਂ ਨੂੰ ਬਾਹਰ ਕਰ ਦੇਣ ਜੇ ਹਿੰਦੂ ਰਾਸ਼ਟਰ ਬਣ ਗਿਆ ਤੁਸੀਂ ਨਹੀਂ ਬਾਹਰ ਕੱਢੋਗੇ ਸਿੱਖਾਂ ਦੇ ਖਾਲਿਸਤਾਨ ਉਹਨਾਂ ਨੂੰ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਨੇ ਜਾਂ ਫਿਰ ਸਾਡਾ ਮੁਸਲਮਾਨ ਭਾਈਚਾਰਾ ਉਹਨਾਂ ਨੂੰ ਬਾਹਰ ਨਹੀਂ ਕੱਢੋਗੇ ਤੁਸੀਂ ਇਹ ਕੀ ਗਾਰੰਟੀ ਹੈ ਕਹਿੰਦੇ ਖਾਲਿਸਤਾਨ ਬਣ ਗਿਆ ਜੀ ਬਾਹਰ ਕੱਢ ਦੇ ਅਸਤਾ ਗਾਰੰਟੀ ਦਿੰਦੇ ਆ ਸਾਡੇ ਕੋਲ ਉਦਾਹਰਨ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ਾਸਕ ਉਹ ਮੈਂ ਪੜੋ ਕਦੇ ਕਦੇ ਪੜਿਓ ਤਾਜ਼ ਮਹਾਰਾਜਾ ਰਣਜੀਤ ਸਿੰਘ ਦਾ ਤੁਹਾਡੇ ਕੋਲ ਕੀ ਹੈ ਵੀ ਤੁਸੀਂ ਕੀ ਦਿਖਾਓਗੇ ਇਸ ਕਰਕੇ ਸੰਗਤ ਇਕੱਠੀ ਰਵੇ ਲੋਕ ਆਪਣਾ ਏਕਾ ਕਰਕੇ ਰੱਖਣ ਫੇਰ ਨਹੀਂ ਇਹ ਸਾਡਾ ਕੁਝ ਵਿਗਾੜ ਸਕਦੇ ਜੇ ਅਸੀਂ ਅੱਡੋ ਅੱੜ ਰਹੇ ਅੱਪੋ ਆਪਣੀਆਂ ਡਫਲੀਆਂ ਵਜਾਉਂਦੇ ਰਹੇ ਸੌਦਾ ਸਾਧ ਵਰਗੇ ਇੱਕ ਦਿਨ ਪੱਕਾ ਰਿਹਾ ਹੋ ਜਾਣਗੇ ਉਹਨਾਂ ਧੀਆਂ ਪੈਣਾ ਦੇ ਨਾਲ ਸਦਾ ਲਈ ਜਿਹੜਾ ਤੱਕਾ ਹੋ ਜਾਊਗਾ ਤੇ ਅਜਿਹੇ ਬੰਦੇ ਜਿਨ੍ਹਾਂ ਨੇ ਜ਼ਿੰਦਗੀਆਂ ਬਰਬਾਦ ਕੀਤੀਆਂ ਲੱਖਾਂ ਲੋਕਾਂ ਦੇ ਕਤਲ ਕੀਤੇ ਉਹਨਾਂ ਲੋਕਾਂ ਨੂੰ ਰਿਹਾ ਕਰ ਦਿੱਤਾ ਜਾਊਗਾ ਤੇ ਜਿਹੜੇ ਲੋਕ ਬੇਗੁਨਾਹ ਨੇ ਉਹ ਜੇਲਾਂ ਦੇ ਵਿੱਚ ਡੱਕੇ ਜਾਣਗੇ ਇਹਨਾਂ ਦੀ ਜਗ੍ਹਾ ਤੇ ਸਾਡੇ ਕਾਰਨ ਕਰਕੇ ਜੇ ਅਸੀਂ ਇਕੱਠੇ ਨਾ ਹੋਏ ਤਾਂ ਇਸ ਕਰਕੇ ਕੱਠੇ ਰਵੋ ਇੱਕ insan ਸਾਹਿਬ ਥਲੇ ਸੰਗਤ ਇਕੱਠੀ ਹੋਵੇ ਇਹ ਬਹੁਤ ਜ਼ਰੂਰੀ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੰਗਤ ਜੀ ਇਸ ਕਰਕੇ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ